ਦੋਸਤੋ, ਲੋਕਡਾਊਨ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਜਿਹੜੀ ਟ੍ਰੇਨਾਂ ਜਿਹੜੀ ਆਪਣੀ ਫਿਰ ਚੱਲ ਪਈਆਂ। ਜੇ ਆਪਾਂ ਪੰਜਾਬ ਟੂ ਅਦਰ ਸਟੇਟ ਵਿੱਚ ਜੇ ਆਪਾਂ ਜਾਣਾ ਚਾਹੁੰਦੇ ਹਾਂ ਬਾਏ ਟ੍ਰੇਨ, ਤਾਂ ਆਪਾਂ ਨੂੰ ਹੁਣ ਇੱਕ ਟਿਕਟ ਬੁੱਕ ਕਰਾਉਣੀ ਪੈਂਦੀ ਹੈ ਪਹਿਲਾਂ, ਅਤੇ ਫਿਰ ਹੀ ਆਪਾਂ ਨੂੰ ਜਿਹੜੀ ਕਿ ਟ੍ਰੇਨ ਵਿੱਚ ਸੀਟ ਮਿਲਦੀ ਹੈ। ਅਤੇ ਕਾਫ਼ੀ ਮੇਰੇ ਵਿਊਵਰਾਂ ਨੇ ਸਵਾਲ ਪੁੱਛਿਆ ਸੀ ਕਿ ਵੀਰ ਜੀ, ਤੁਸੀਂ ਵੀ ਟ੍ਰੇਨ ਦੀ ਬੁਕਿੰਗ ਵਾਲਾ ਫੋਰਮ ਜਿਹੜਾ ਸਟੇਸ਼ਨ ਤੋਂ ਆਪਾਂ ਨੂੰ ਮਿਲਦਾ ਉਹ ਕਿਵੇਂ ਫਿਲ ਕਰਨਾ, ਉਸ ਬਾਰੇ ਇੱਕ ਵੀਡੀਓ ਬਣਾ ਦਿਉ ਤਾਂ ਕਿ ਸਭ ਨੂੰ ਇੱਕ ਵਾਰੀ ਕਨਫਰਮ ਹੋ ਜਾਏਗੀ ਕਿਸ ਕੀ ਪ੍ਰੋਸੈਸ ਹੈ ਅਤੇ ਕੀ ਚਾਰਜਸ ਨੇ ਇਸਦੇ ਐਕਸਟਰਾ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਆਫਲਾਈਨ ਜਿਹੜੇ ਕਿ ਟ੍ਰੇਨ ਦੀ ਟਿਕਟ ਕਿਵੇਂ ਬੁਕਿੰਗ ਕਰਾਉਣੀ ਹੈ ਅਤੇ ਕਿਵੇਂ ਇਸਦਾ ਫੋਰਮ ਨੂੰ ਫਿਲ ਕਰਨਾ ਅਤੇ ਕੀ ਇਸਦੇ ਚਾਰਜਸ ਨੇ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ, ਤੁਸੀਂ ਔਨਲਾਈਨ ਅਤੇ ਆਫਲਾਈਨ ਦੋਨੋਂ ਤਰੀਕੇ ਨਾਲ ਜਿਹੜੀ ਕਿ ਟ੍ਰੇਨ ਦੀ ਬੁਕਿੰਗ ਕਰਵਾ ਸਕਦੇ ਹੋ। ਔਨਲਾਈਨ ਜਿਹੜਾ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਦੀ ਵੀਡੀਓ ਤੁਹਾਨੂੰ ਨੈਕਸਟ ਵੀਡੀਓ ਜਿਹੜੀ ਮੇਰੇ ਚੈਨਲ 'ਤੇ ਮਿਲ ਜਾਵੇਗੀ। ਬਟ ਅੱਜ ਆਪਾਂ ਗੱਲ ਕਰਾਂਗੇ ਆਫਲਾਈਨ ਜਿਹੜਾ ਫੋਰਮ ਹੈ ਕਿਵੇਂ ਫਿਲ ਕਰਕੇ ਆਪਾਂ ਸੀਟ ਆਪਣੀ ਰਿਜ਼ਰਵੇਸ਼ਨ ਕਰਵਾਉਣੀ ਹੈ। ਤਾਂ ਦੋਸਤੋ, ਪ੍ਰੋਸੈਸ ਕੀ ਹੈ? ਸਭ ਤੋਂ ਪਹਿਲਾਂ ਆਪਾਂ ਰੇਲਵੇ ਸਟੇਸ਼ਨ ਉੱਤੇ ਜਾਂਦੇ ਹਾਂ ਅਤੇ ਉੱਥੇ ਆਪਾਂ ਟਿਕਟ ਕਾਊਂਟਰ ਤੋਂ ਹੀ ਜਿਹੜਾ ਕਿ ਇਸ ਤਰ੍ਹਾਂ ਦਾ ਫੋਰਮ ਆਪਾਂ ਨੂੰ ਦੇ ਦਿੱਤਾ ਜਾਂਦਾ ਹੈ ਕਿ ਇਹ ਫੋਰਮ ਫਿਲ ਕਰਕੇ ਲਿਆਓ ਜੇ ਤੁਸੀਂ ਬੁਕਿੰਗ ਕਰਵਾਉਣੀ ਆ। ਤਾਂ ਫੋਰਮ ਨੂੰ ਫਿਲ ਕਰਨ ਦੀ ਗੱਲ ਕਰ ਲਈ ਦੋਸਤੋ, ਅਸੀਂ ਸਭ ਤੋਂ ਪਹਿਲਾਂ ਆਪਾਂ ਟ੍ਰੇਨ ਨੰਬਰ ਇੱਥੇ ਫਿਲ ਕਰਨਾ, ਹੋਰ ਕੁਛ ਨਹੀਂ, ਮੇਨ ਮੇਨ ਡਿਟੇਲ ਆਪਾਂ ਇੱਥੇ ਫਿਲ ਕਰਨੀ ਹੁੰਦੀ। ਸਭ ਤੋਂ ਪਹਿਲਾਂ ਇੱਥੇ ਆਪਾਂ ਟ੍ਰੇਨ ਨੰਬਰ ਚੈੱਕ ਕਰ ਸਕਦੇ, ਇਹਨਾਂ ਨੇ ਲਿਖਿਆ ਹੋਇਆ ਕਿ ਟ੍ਰੇਨ ਦਾ ਨੰਬਰ ਜਾਂ ਨੇਮ ਆਪਾਂ ਇੱਥੇ ਲਿਖ ਲਵਾਂਗੇ, ਜਿਹੜਾ ਕਿ ਤੁਹਾਨੂੰ ਇੰਟਰਨੈਟ ਤੋਂ ਨੋਰਮਲੀ ਮਿਲ ਜਾਂਦੀ ਹੈ ਕਿ ਆਪਾਂ ਸਰਚ ਕਰਾਂਗੇ ਤਾਂ ਉਸਦਾ ਨੰਬਰ ਆਪਾਂ ਨੂੰ ਮਿਲ ਜਾਂਦਾ, ਜਾਂ ਆਪਾਂ ਰੇਲਵੇ ਸਟੇਸ਼ਨ ਤੋਂ ਕਿਸੇ ਤੋਂ ਵੀ ਪੁੱਛ ਸਕਦੇ ਹਾਂ। ਇਸ ਤੋਂ ਬਾਅਦ ਜਿੱਦੇ ਦੀ ਆਪਾਂ ਨੂੰ ਟਿਕਟ ਚਾਹੀਦੀ, ਜਿਹੜੀ ਡੇਟ ਦੀ, ਇੱਥੇ ਆਪਾਂ ਡੇਟ ਫਿਲ ਕਰ ਲਵਾਂਗੇ। ਇਸ ਤੋਂ ਬਾਅਦ ਕਲਾਸ, ਥਰਡ ਕਲਾਸ, ਜੋ ਵੀ ਸੈਕਿੰਡ ਕਲਾਸ, ਫਸਟ ਕਲਾਸ ਵਿੱਚ ਤੁਸੀਂ ਟਿਕਟ ਬੁਕਿੰਗ ਕਰਾਉਣੀ, ਇੱਥੇ ਆਪਾਂ ਫਿਲ ਕਰ ਲਵਾਂਗੇ। ਅਤੇ ਸਟੇਸ਼ਨ ਫਰੋਮ ਮਤਲਬ ਕਿ ਜਿੱਥੋਂ ਆਪਾਂ ਸਫ਼ਰ ਸਟਾਰਟ ਕਰ ਰਹੇ ਹਾਂ ਅਤੇ ਜਿੱਥੇ ਆਪਾਂ ਜਾਣਾ ਹੈ ਉਹਦਾ ਆਪਾਂ ਇੱਥੇ ਨਾਮ ਫਿਲ ਕਰ ਲਵਾਂਗੇ। ਇਸ ਤੋਂ ਬਾਅਦ ਮੋਬਾਈਲ ਨੰਬਰ ਫਿਲ ਕਰਨਾ ਲਾਜ਼ਮੀ ਹੈ, ਅਤੇ ਹੋਰ ਇਸ ਵਿੱਚ ਕੁਛ ਭਰੋਂਗੇ ਤਾਂ ਫਿਰ ਵੀ ਉਹ ਚੱਲ ਜਾਵੇਗਾ। ਇਸ ਤੋਂ ਬਾਅਦ ਕਿੰਨੇ ਜਣੇ ਤੁਸੀਂ ਜਾ ਰਹੇ ਹੋ, ਮਤਲਬ ਕਿ ਕਿੰਨੇ ਜਿਹੜੇ ਯਾਤਰੀ ਇਸ ਵਿੱਚ ਸਫ਼ਰ ਕਰ ਰਹੇ ਨੇ, ਤਾਂ ਆਪਾਂ ਪਹਿਲਾਂ ਉਹਦੇ ਨੇਮ ਪੂਰਾ ਫਿਲ ਕਰ ਲਵਾਂਗੇ ਜਿੰਨੇ ਵੀ ਜਣੇ ਆਪਣੇ ਨਾਲ ਜਾ ਰਹੇ ਨੇ। ਅਤੇ ਉਸ ਤੋਂ ਬਾਅਦ ਆਪਣੀ ਨੈਸ਼ਨੈਲਿਟੀ ਇੰਡੀਅਨ ਆਪਾਂ ਇੱਥੇ ਲਿਖ ਲਵਾਂਗੇ। ਉਸ ਤੋਂ ਬਾਅਦ ਆਪਾਂ ਜੈਂਡਰ ਲਿਖਾਂਗੇ, ਮੇਲ ਆ ਜਾਂ ਫੀਮੇਲ ਆ, ਮਤਲਬ ਲੇਡੀਜ਼ ਆ ਜਾਂ ਮਰਦ ਆ, ਉਹਦਾ ਆਪਾਂ MEF ਲਿਖ ਕੇ ਕਰ ਲਵਾਂਗੇ। ਇਸ ਤੋਂ ਬਾਅਦ ਏਜ ਲਿਮਿਟ ਆਪਾਂ ਨੂੰ ਇੱਥੇ ਫਿਲ ਕਰਨੀ ਆ, ਅਤੇ ਇਸ ਤੋਂ ਬਾਅਦ ਜਿੱਥੇ ਆਪਾਂ ਜਾ ਰਹੇ ਹਾਂ ਉਸਦਾ ਆਪਾਂ ਨੂੰ ਇੱਥੇ ਐਡਰੈਸ ਫਿਲ ਕਰਨਾ ਹੈ, ਅਤੇ ਉੱਪਰ ਟ੍ਰੇਨ ਨੰਬਰ, ਅਤੇ ਇਹ ਆਲਰੇਡੀ ਆਪਾਂ ਉੱਪਰ ਫਿਲ ਕਰ ਚੁੱਕੇ ਹਾਂ, ਇਸ ਨੂੰ ਭਰਨ ਦੀ ਜ਼ਰੂਰਤ ਨਹੀਂ ਹੁੰਦੀ। ਅਤੇ ਪਹਿਲਾਂ ਆਪਾਂ ਸਟੇਸ਼ਨ ਲਿਖ ਲਵਾਂਗੇ ਜਿਹੜੇ ਸਟੇਸ਼ਨ ਤੋਂ ਆਪਾਂ ਬੁਕਿੰਗ ਕਰਵਾ ਰਹੇ ਹਾਂ, ਅਤੇ ਜਿੱਥੇ ਜਾਣਾ ਹੈ 2 ਤੋਂ ਉੱਥੇ ਆਪਾਂ ਉਸਦਾ ਨਾਮ ਪਾ ਲਵਾਂਗੇ। ਇਸ ਤੋਂ ਬਾਅਦ ਆਪਣਾ ਨੇਮ ਪਾ ਲਵਾਂਗੇ ਅਤੇ ਆਪਣਾ ਫੁੱਲ ਐਡਰੈਸ ਜਿੱਥੇ ਵੀ ਅਸੀਂ ਜਾ ਰਹੇ ਹਾਂ ਉਹਦਾ ਆਪਾਂ ਨੂੰ ਐਡਰੈਸ ਪਾਉਣਾ। ਇਸ ਤੋਂ ਬਾਅਦ ਇੱਕ ਸਿਗਨੇਚਰ ਹੁੰਦਾ ਇੱਥੇ, ਕਿਉਂਕਿ ਦੋਸਤੋ ਫੋਰਮ ਨੂੰ ਭਰਨ ਦਾ ਸਿਰਫ ਇੰਨਾ ਜਿਹਾ ਪ੍ਰੋਸੈਸ ਹੈ। ਇਸ ਤੋਂ ਬਾਅਦ ਆਪਾਂ ਕਰਨਾ ਕੀ ਹੈ, ਫੋਰਮ ਜਿਹੜਾ ਹੈ ਆਪਾਂ ਆਪਣੇ ਟਿਕਟ ਕਾਊਂਟਰ 'ਤੇ ਉੱਥੇ ਫੜਾ ਦੇਣਾ ਹੈ, ਅਤੇ ਜਿਹੜੇ ਕਿ ਟਿਕਟ ਦੇ ਪੈਸੇ ਆ ਪਲੱਸ 5 ਰੁਪਏ ਐਕਸਟਰਾ ਇਹ ਲੈਂਦੇ ਨੇ ਇਸ ਫੋਰਮ ਨੂੰ ਫਿਲ ਕਰਨ ਤੋਂ ਬਾਅਦ ਜਿਹੜੀ ਕਿ ਬੁਕਿੰਗ ਹੁੰਦੀ ਹੈ, ਤਾਂ ਜਿਹੜੀ ਟਿਕਟ ਆਪਾਂ ਨੋਰਮਲ ਰੇਟ ਹੁੰਦਾ ਉਸ ਤੋਂ 5 ਰੁਪਏ ਜ਼ਿਆਦਾ ਟਿਕਟ ਇਹ ਲੈਂਦੇ ਨੇ। ਇਸ ਤੋਂ ਬਾਅਦ ਕਾਊਂਟਰ 'ਤੇ ਤੁਸੀਂ ਜਦੋਂ ਇਹ ਜਮ੍ਹਾਂ ਕਰਾ ਦਿੰਦੇ ਹੋ ਤਾਂ ਨਾਲ ਦੀ ਨਾਲ ਤੁਹਾਨੂੰ 2 ਮਿੰਟ ਦੇ ਅੰਦਰ ਅੰਦਰ ਜਿਹੜੀ ਕਿ ਟਿਕਟ ਬਣਾ ਕੇ ਦੇ ਦਿੰਦੇ ਹਾਂ। ਅਤੇ ਦੋਸਤੋ, ਮੈਂ ਤੁਹਾਨੂੰ ਇੱਕ ਰਾਏ ਦੇਣਾ ਚਾਹਾਂਗਾ ਕਿ ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤਾਂ 1 ਦਿਨ ਪਹਿਲਾਂ ਇਹ ਫੋਰਮ ਨੂੰ ਫਿਲ ਕਰਕੇ ਟਿਕਟ ਅਗਲੇ ਦਿਨ ਦੀ ਬਣਵਾ ਲਓ, ਤਾਂ ਜੋ ਤੁਹਾਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ, ਅਤੇ ਕਿ ਆਸਾਨੀ ਨਾਲ ਜਿਹੜਾ ਭੀੜ ਭਾੜ ਤੋਂ ਬਚ ਕੇ 1 ਦਿਨ ਪਹਿਲਾਂ ਹੀ ਤੁਸੀਂ ਜਿਹੜੀ ਆਪਣੀ ਟਿਕਟ ਤੁਹਾਨੂੰ ਪ੍ਰੋਵਾਈਡ ਹੋ ਜਾਵੇਗੀ ਅਤੇ ਆਸਾਨੀ ਨਾਲ ਜਿਹੜਾ ਆਪਣਾ ਸਫ਼ਰ ਤੈਅ ਕਰ ਸਕੋਗੇ। ਓਕੇ ਦੋਸਤੋ, ਇਸ ਵੀਡੀਓ ਦੇ ਨੈਕਸਟ ਪਾਰਟ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਸੀਂ ਔਨਲਾਈਨ ਮੋਬਾਈਲ 'ਤੇ ਘਰ ਬੈਠੇ ਟਿਕਟ ਬੁਕਿੰਗ ਕਿਵੇਂ ਕਰ ਸਕਦੇ ਹੋ, ਅਤੇ ਅੱਗੇ ਦਾ ਪ੍ਰੋਸੈਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ। ਓਕੇ ਦੋਸਤੋ।